ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅਤੇ ਮੈਂ ਆਇਆ ਵਾਂ ਜੀ ਸਿਆਲਕੋਟ, ਸਿਆਲਕੋਟ ਆਇਆ ਲਾਰੀ ਅੱਡੇ ਦੇ ਕੋਲ। 2024 ਮਾਡਲ ਨੂੰ ਲੈਕਰ ਮਾਰਨ ਆਇਆ ਵਾਂ ਅਤੇ ਬੰਦਿਆਂ ਨੂੰ ਕੋਈ ਮਹੀਨਾ ਹੋ ਗਿਆ ਬੰਦੇ ਮਗਰ ਲੱਗੇ ਸਨ। ਉਹਨਾਂ ਆਖਿਆ ਕਿਸੇ ਬੰਦੇ ਕੋਲ ਨਹੀਂ ਕੋਈ ਕੰਮ ਕਰਾਉਣਾ, ਤੇਰੇ ਕੋਲ ਕਰਾਉਣਾ। ਅਤੇ ਆਹ ਗੱਡੀ ਇਹਨਾਂ ਦੀ ਲੈਕਰ ਮਾਰਿਆ ਅਤੇ ਆਹ ਚੈੱਕ ਕਰੋ, ਹਾਲੇ ਤਾਂ ਖੜੀ ਹਨੇਰੇ ਦੇ ਵਿੱਚ ਤਾਂ ਮਹਿਸੂਸ ਨਹੀਂ ਹੁੰਦੀ ਹੈਗੀ, ਕਿਤੇ ਬਾਹਰ ਚਾਨਣ ਧੁੱਪੇ ਹੁੰਦੀ ਤਾਂ ਇਹਦਾ ਹੋਰ ਸਵਾਦ ਹੋਣਾ। ਐਨੀਆਂ ਰਿੰਮਾਂ ਚੈੱਕ ਕਰੋ, ਇਹਦੀ ਲਾਈਟ ਪਿਛਲੀ ਬਾਲ ਦੇ ਠੀਕ ਹੈ। 0306-4437-2 ਚੈੱਕ ਕਰੋ ਕੰਮ, ਆ ਲੈਂਕਾਂ ਦੀਆਂ ਵੇਖ ਲਓ, ਐ ਸੋਹਣੀਆਂ। ਕਿਸੇ ਪਾਸੇ ਕੋਈ ਮੱਖੀ ਜਿੰਨਾ ਵੀ ਦਾਗ ਹੈਗਾ ਤਾਂ ਸਾਨੂੰ ਦੱਸੋ। ਆ ਤੋੜ ਗੋਲੀਆਂ ਤਿਕਰ ਆਇਆ ਵਾਂ, ਗੋਲੀਆਂ ਤਿਕਰ ਤੋੜ ਆਇਆ, ਚੈੱਕ ਕਰ ਲਓ। ਕਿਸੇ ਪਾਸੇ ਮੱਖੀ ਜਿੰਨਾ ਵੀ ਦਾਗ ਹੈਗਾ ਸਾਨੂੰ ਆਓ। ਫਿਰ ਕਹਿੰਦੇ ਆ ਸੰਗਲ ਨੇ ਇਹਨਾਂ ਨੂੰ ਲੈਕਰ ਮਾਰਤਾ, ਤਾਂ ਮਾਰਿਆ ਕਿ ਕੱਲ੍ਹ ਨੂੰ ਇਹਨਾਂ ਨੂੰ ਲੰਘ ਨਾ ਛੇਤੀ ਭੱਜ ਕੇ ਪਵੇ। ਇਹ ਬਾਹਰਲੇ ਸੰਗਲ ਨੇ, ਇਹ ਇਹਨਾਂ ਦੇ ਅੰਦਰਲੇ ਰਿਮ ਆ ਗਏ ਨੇ। ਇਹ ਵੇਖੋ ਸੋਹਣਾ ਕੰਮ ਕੀਤਾ, ਕੰਮ ਦੇ ਟੂਬ ਵੇਖ ਲਓ, ਜੇ ਦੇਖਦੀ ਪਈ ਇਹਨਾਂ ਟੂਬ ਦੀ ਚਮਕ, ਚੈੱਕ ਕਰ ਲਓ ਇੱਥੇ ਯਾਰ। ਕੰਮ ਕੀਤਾ ਅੱਲਾ ਦੀ ਮਿਹਰਬਾਨੀ ਨਾਲ, ਸੋਹਣਾ ਅਗਲਾ ਬੰਦਾ ਫਿਰ ਵੀ ਕਿਤੇ ਯਾਦ ਕਰੇ। ਇਹ ਪੈਸਾ ਹੀ ਨਹੀਂ ਸਾਰੀ ਉਮਰ ਕਵਰਾਂ 'ਚ ਲੈ ਕੇ ਜਾਣਾ, ਕਿਸੇ ਨੂੰ ਚਾਹ ਕਿਸੇ ਨੂੰ ਕਰਕੇ ਦਿਓ ਅਤੇ ਕੱਲ੍ਹ ਨੂੰ ਕਿਤੇ ਬੇਲੀ ਸੱਜਣ ਫਿਰ ਸੱਦ ਲੈਂਦਾ ਯਾਰ ਆ। ਜਾਂ ਮਰ ਵੀ ਜਾਵੇ ਬੰਦਾ ਤਾਂ ਮਗਰੋਂ ਕੋਈ ਯਾਦ ਕਰਦਾ ਯਾਰ ਮੁੰਡਾ ਲਿਆਂਦਾ ਸੀ ਚੰਗਾ ਸੀ। ਇਹ ਬਾਹਰਲਾ ਰਿਮ ਜੇ, ਇਹ ਬਾਹਰਲੇ ਰਿਮ ਦੀ ਚਮਕ ਚੈੱਕ ਕਰ ਲਓ। ਇਹ ਮੈਂ ਕੋਈ ਲਾਗੇ ਰੱਖ ਕੇ ਕੈਮਰਾ ਕੂਮਰਾ ਨਹੀਂ ਮਾਰਦਾ ਪਿਆ, ਦੂਰੋਂ ਰੱਖ ਕੇ ਕਿਸੇ ਰਿਮ ਦੇ ਉੱਤੇ ਕੋਈ ਮੱਖੀ ਜਿੰਨਾ ਵੀ ਦਾਗ ਹੈਗਾ ਤਾਂ ਸਾਨੂੰ ਮਹਿਸੂਸ ਕਰੋ ਵਹਾਓ। ਉਸ ਤੋਂ ਬਾਅਦ ਆ ਗਿਆ ਇੱਥੇ ਪਾਏਦਾਨਾਂ ਦੇ ਕੋਲ, ਚੈੱਕ ਕਰ ਲਓ। 0306-4427-2 ਬਹੂ ਰੰਗ ਸਾਹਿਬ ਮਿਲਿਆ ਟਰੈਕਟਰ ਲਾਹੌਰ ਤੋਂ, ਮੁਹੰਮਦ ਅਨਵਰ ਟਰੈਕਟਰ ਪੇਂਟ। ਇਹ ਮੇਰਾ ਯੂਟਿਊਬ ਚੈਨਲ ਵੀ ਬਣਿਆ, ਨਾਲੇ ਇਹਨੂੰ ਸਬਸਕ੍ਰਾਈਬ ਕਰੋ, ਨਾਲੇ ਕਿਸੇ ਨੇ ਕੰਮ ਚੈੱਕ ਕਰਨਾ ਹੋਵੇ ਤਾਂ ਕਰ ਲਵੇ। ਇਹ 0306 ਵਾਲਾ ਨੰਬਰ ਮੇਰਾ ਇਕੱਲਾ ਹੀ ਹੈ, ਇੱਕੋ ਹੀ ਨੰਬਰ ਹੈ ਅਤੇ ਇਕੱਲਾ ਹੀ ਕੰਮ ਕਰਨਾ ਮੇਰੇ ਵੱਲੋਂ। ਵੇਖ ਕੇ ਹੁਣ 20 ਬੰਦਿਆਂ ਨੇ ਐਵੇਂ ਗੰਨਾ ਫੜ ਕੇ ਭੱਜੇ ਫਿਰਦੇ, ਟਰੈਕਟਰ ਤਬਾਹ ਕਰਦੇ ਫਿਰਦੇ ਨੇ। ਇੱਕ ਬੇਲੀ ਦਾ ਅੱਗੇ ਵੀ ਲਾਮਾ ਆਇਆ ਅਤੇ ਮੈਂ ਫਿਰ ਐਲਾਨ ਕਰਨ ਦਿਆ ਵਾਂ ਕਿ ਸਿਰਫ ਮੇਰਾ ਨੰਬਰ ਇੱਕੋ ਹੀ ਹੈ ਅਤੇ ਇਕੱਲਾ ਹੀ ਬੰਦਾ ਹੁਣ। ਅਤੇ ਜਦੋਂ ਮੇਰਾ ਨੰਬਰ ਵੇਖ ਕੇ ਫੋਨ ਕਰਨਾ, ਫਿਰ ਇਨਸ਼ਾਅੱਲਾ ਮੈਂ ਪਹੁੰਚਣ ਦਾ ਹਾਜ਼ਰ ਹੋ ਜਾਵਾਂ। ਔਰ ਉਸ ਤੋਂ ਬਾਅਦ ਐਵੇਂ ਥੱਲੇ ਆ ਜਾਓ ਨਿੱਕੇ ਰਿਮ 'ਤੇ, ਨਿੱਕੇ ਰਿਮ ਦੇ ਉੱਤੇ ਵੇਖ ਲਓ ਕੋਈ ਮੱਖੀ ਜਿੰਨਾ ਵੀ ਕੋਈ ਦਾਗ ਹੈਗਾ ਵਹਾਓ। ਸੋਹਣਾ ਕੰਮ ਹੈ, ਬਾਹਰਲੇ ਕੱਪ ਵੇਖ ਲਓ ਪੂਰੇ ਚਮਕਾਂ ਪੈ ਮਾਰਦੇ। ਇਹ ਹਾਲੇ ਗੋਦਾਮ ਦੇ ਵਿੱਚ ਖੜ੍ਹਾ ਹੈ ਅਤੇ ਗੱਡੀ ਇੰਨੇ, ਜੇ ਕਿਤੇ ਬਾਹਰ ਧੁੱਪੇ ਖਲੋਤੀ ਹੁੰਦੀ ਤਾਂ ਫਿਰ ਹੋਰ ਇਹਦੀ ਚਮਕ ਸੋਹਣੀ ਲੱਗਣੀ। ਇਹ ਬਾਹਰ ਬੱਦਲ ਬੁਦਲ ਬਣਿਆ ਤਾਂ ਉਹਦੀ ਵਜ੍ਹਾ ਤੁਸੀਂ ਗੋਦਾਮ 'ਚ ਗੱਡੀ ਡੱਕੀ। ਵੇਖ ਲਓ ਕੰਮ ਦੇ ਵਿੱਚ ਕੋਈ ਫਰਕ ਹੈਗਾ। ਸਿਆਲਕੋਟ ਆਏ ਹਾਂ ਜੀ ਲਾਰੀ ਅੱਡੇ ਦੇ ਕੋਲ, ਕੰਮ ਦੇ ਵਿੱਚ ਵੇਖ ਲਓ ਕੋਈ ਫਰਕ ਹੈ, ਚੈੱਕ ਕਰ ਲਓ। ਫਿਰ ਇਹਦੀਆਂ ਜਿਹੜੀਆਂ ਮੋਰੀਆਂ ਬੰਦੇ ਆਉਂਦੇ ਨੇ, ਮੋਰੀਆਂ 'ਚ ਰੰਗ ਵੜ ਜਾਂਦਾ ਅਤੇ ਇੱਥੋਂ ਨਿਕਲਦਾ ਨਹੀਂ। ਇਹ ਪਹਿਲਾਂ ਆਣ ਕੇ ਮੋਰੀਆਂ ਹੀ ਕਵਰ ਕੀਤੀਆਂ ਨੇ,
ਬੰਦਿਆਂ ਤਾਂ ਮੈਨੂੰ ਆਖਿਆ ਨਵਾਂ ਟਰੈਕਟਰ ਤਾਂ ਮੈਂ ਨਹੀਂ, ਮੈਂ ਫਿਰ ਵੀ ਆਣ ਕੇ ਮੋਰੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਲੈਣਾ, ਇਹਨਾਂ ਨੂੰ ਪਹਿਲਾਂ ਚੈੱਕ ਕਰਕੇ ਅਤੇ ਫਿਰ ਰੰਗ ਲਾ ਕੇ ਅਤੇ ਲੈਕਰ ਮਾਰਨਾ ਵਾ। ਇੱਧਰ ਵੀ ਕੈਮਰਾ ਮਾਰੋ ਨਾ ਤਾਂ ਪੁੱਛੋ। ਇਹ ਭਾਈ ਯਾਰਾਂ ਨੇ ਮੈਨੂੰ ਸੱਦਿਆ ਭਾਈ ਜਾਣਾ, ਹਾਂਜੀ ਮੈਨੂੰ ਸੱਦਿਆ, ਕਿੰਨੇ ਦਿਨਾਂ ਦੇ ਮਗਰ ਲੱਗੇ ਜੇ? ਮਹੀਨਾ ਡੇਢ ਮਹੀਨਾ ਹੋ ਗਿਆ ਜੇ ਸਾਨੂੰ ਅਤੇ ਮਿਹਰਬਾਨੀ ਨਾਲ ਸੋਹਣਾ ਕੀਤਾ। ਇਹ ਭਾਈ ਇਹਨਾਂ ਦੇ ਦੋਸਤ ਨੇ ਮਾਸ਼ਾਅੱਲਾ ਜੀ, ਬਹੁਤ ਸੋਹਣਾ ਕੰਮ ਕੀਤਾ ਵੇ। ਇਹ ਦੋ ਨੰਬਰ ਜਿਹੜੇ ਨੇ ਨਾ ਬੰਦੇ, ਉਹਨਾਂ ਨੇ ਨੰਬਰ ਚੇਂਜ ਕਰਕੇ ਇਹਨਾਂ ਦਾ ਕੰਮ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ। ਬਹਰਹਾਲ ਭਾਜੀ ਜਿੰਨੇ ਵੀ ਕੰਮ ਕਰਾਉਣਾ ਇਹਨਾਂ ਦੇ ਨੰਬਰ 'ਤੇ ਕੋਂਟੈਕਟ ਕਰੋ ਅਤੇ ਆਪ ਹੀ ਆਉਣਗੇ, ਅਤੇ ਹੈ ਵੀ ਇਕੱਲੇ ਹੀ ਬੰਦੇ। ਹਾਂ ਇਕੱਲਾ ਹੀ, ਇਕੱਲਾ ਹੀ, ਆਪਾਂ ਦੋ ਬੰਦੇ ਹੀ ਨਹੀਂ ਹੈਗੇ। ਠੀਕ ਹੈ ਜੀ, ਇਹ ਬਾਹਰ ਦਾ ਰਹੇ ਮੰਜੇ ਬੁਲਾ। ਇਹ ਹਾਂਜੀ ਬੈਕ ਸਾਈਡ 'ਤੇ ਵੀਡੀਓ ਬਣਾਈ ਸੀ ਅਤੇ ਬੈਕ ਸਾਈਡ 'ਤੇ ਆਣ ਕੇ ਹੀ ਖਤਮ ਕਰਨ ਲੱਗੇ। 0306 44 27 833।